वे देख ला किड्डा दिन चढ़ पिया, उठिए किसी काम धंधे नु हाथ पाला। पहला चाह बना के लिया घुट्टा, फिर लगना कैसे काम धंधे। वे दोजी ने तो जवाब देता, वो कहंदा पहला वाले पैसे दो फिर दूध पाके जाऊं। ओनू कह दंदी भी जे दूध नहीं पाके जांदा फिर पैसे की तो लेके जावेगा। वे चलो तो देखी जाऊ जो पैसे लेने आऊ, पहला उठ के सौदे पत्ते दा हिला कर ला कोई। सौदा पत्ता मुका भी दिता होना, हले थोड़े जे दिन तो होए ने लिया के दिते नु तेनु सौदा। अच्छा थोड़े जे दिन, 4 महीने हो गए पूरे सौदा करे आए नु। ओ जदो चीज करे आ जांदी है फिर तां नेरी लिया दिनी ओदी, ऐ नहीं भी देख के थोड़ा थोड़ा बरत लिया करा। ना खाया करो आपे नहीं मुकना। ओ गल तां तेरी भी ठीक है, सवा खाए बिना भी नहीं सरदा। वे जी मैं खाए बिना नहीं सरदा ना, मैं कम बिना भी नहीं सरदा, उठिए किसी कम धंधे लग जा। तेनु बस सौदा ही चाहिए और तो कोई रौला नहीं। मैनु तो बस तू सौदा लिया दे फिर कानू कहूं मैं तेनु। ओ चल ठीक है फिर। चल ठीक है के नहीं सरना, मैनु सौदा चाहिए जिथों मर्जी लिया के दे। चल भी दुनिया भर दिया बेलड़ बंदे आ, ला के कोई जंगाड़ सौदा तेनु लिया के देने ही पी। नहीं गल सुना। हाँ दस। जे चाह नहीं पियानी फिर ऐ कर। की करा? ਨਿੱਕ ਪੁੱਕੀ ਦਾ ਕਾਰਡ ਲਵਾ ਦੇ, ਜੇ ਫਸ ਗਿਆ ਥੋੜੀ ਜੀ ਸੱਟ ਘੱਟ ਲੱਗੂਗੀ। ਹੋਰ ਕਿਤੇ ਕਾਰਡ ਨਾ ਤੈਨੂੰ ਤਾਂ, ਜਾ ਕੇ ਪਹਿਲਾਂ ਸੌਦਾ ਲਿਆ ਦੇ। ਓਏ ਕਿਵੇਂ ਰੁੱਖੇ ਹੱਡੀ ਕਰ ਲਾਉੜੂਗੀ, ਧੱਕਾ ਕਰਦੀ ਆ ਤੂੰ ਵੀ, ਪਰ ਐਂ ਕਰੀ ਮੈਨੂੰ ਨਾ ਬੁਲਾਈ ਮੈਨੂੰ ਤਾਂ ਪੈ ਜਾਣਾ। ਜੇ ਬਗ ਜਾ ਕਿਤੇ ਮਰ ਜਾ, ਬਾਹਰ ਜਾ ਕੇ ਖਾ ਲਈ ਕਿਸੇ ਕੋਲੋਂ। ਨਹੀਂ ਅਸਲਾ ਤਾਂ ਆਪਦੀ ਲੈ ਕੇ ਤੁਰੀਂਦਾ ਘਰੋਂ, ਬਾਹਰ ਕਿੱਥੇ ਮਿਲੂ। ਜੇ ਹੁਣ ਫੌਜੀ ਨੂੰ ਕਹਿ ਦੇ ਵੀਜ਼ਾ ਬਾਈ ਜੰਗ ਵਗ ਜਾ ਰੱਬ ਨੂੰ ਉੱਥੋਂ ਲੈ ਲਈ, ਅਗਲਾ ਜਾਂਦੇ ਨੂੰ ਬੱਕਰੇ ਜਿਉਂ ਢਾ ਲੂ ਮਰੀ ਜਾਂਦੀ ਹੈ ਉਰੇ। ਵੇ ਮੈਂ ਹੁਣ ਕਿੱਥੋਂ ਲਿਆ ਕੇ ਦਵਾਂ ਤੈਨੂੰ? ਨਹੀਂ ਜਿੱਥੋਂ ਮਰਜ਼ੀ ਲਿਆ ਕੇ ਦੇ, ਜਿਵੇਂ ਤੂੰ ਹੁਣ ਮੈਨੂੰ ਕਹਿੰਦੀ ਆ ਵੀ ਸੌਦਾ ਜਿੱਥੋਂ ਮਰਜ਼ੀ ਲਿਆ ਕੇ ਦੇ। ਨਾ ਤੈਨੂੰ ਸੌਦਾ ਨਹੀਂ ਚਾਹੀਦਾ। ਵੇ ਤੂੰ ਤਾਂ ਐਂ ਮਰਿਆ ਮਰਾਇਆ ਰਹੀ, ਜਾ ਕੇ ਪੁੱਛਦੀ ਆ ਗਵਾਂਢਿਆਂ ਤੋਂ, ਜੇ ਮਿਲੀ ਭੋਰਾ ਦਮ ਦੀਆਂ ਤੇਰਾ ਮੱਥਾ ਲਿਆ ਕੇ। ਲੱਗਦਾ ਹੋਊ ਅੱਜ ਦਾ ਹੀਲਾ ਕਹਿੰਦੀ ਬਾਹਰੋਂ ਖਾ ਲਈ, ਆ ਹੁਣ ਤੂੰ ਦੇਖਾਂਗੇ ਬਾਹਰੋਂ ਨਾ ਅੰਦਰੋਂ ਕਿ ਨਿਕਲ ਲਿਆ ਕੇ ਦੇਵੇਂਗੀ। ਮਰੀ ਜਾਊ ਪਕਾਈ ਉਰੇ। ਲੈ ਫੇਰ ਮਰ ਗਿਆ। ਵੇ ਚੁਲਸ ਲੱਗ ਖਾਣਿਆ, ਮਸਾ ਲਿਆਈਆਂ ਹਾੜੇ ਕੱਢ ਕੇ, ਵੇਖ ਲਾ ਹੁਣ ਕਿਵੇਂ ਮਾਰੀ ਆ ਛਾਲ। ਲਿਆ ਕਿਹਦੇ ਲਈਆਂ? ਤਾਈ ਜਲਕੌਰ ਤੋਂ ਲਿਆਈਆਂ ਹਾੜੇ ਕੱਢ ਕੇ ਮਸਾ। ਨਹੀਂ ਆ ਤਾਂ ਰੰਗ ਲਾ ਤੇ, ਹੁਣ ਦੇਖੀ ਸੌਦਾ ਆਈ ਲੈ, ਨਾਲੇ ਮਿੱਠੀ ਜੀ ਚਾਹ ਬਣਾ ਘੁੱਟ ਛੇਤੀ ਖੁਰਜੂ। ਨਹੀਂ ਨਾਲੇ ਪਾਣੀ ਦਾ ਦੇ ਦੀ ਮੈਨੂੰ ਇੱਕ ਗਲਾਸ, ਇੰਨੇ ਖਾ ਲੂੰਗਾ ਮੈਂ। ਵੇ ਤੂੰ ਮਰ ਪਰਾ ਕਦੇ ਕੁਝ ਕਦੇ ਕੁਝ, ਬਸ ਉੱਠਣ ਦੇ ਬਹਾਨੇ ਕਰਦਾ ਤੂੰ। ਆਕੜ ਦੀ ਕਾ ਤੂੰ ਹੈ, ਆਕੜੀ ਜਾਂਦੀ ਹੈ। ਆਲੇ ਫੜ ਮਰ ਝੁਲਸ ਲੈਣ। ਅਰੇ ਸਾਲੇ ਦੀ ਖਾਣ ਦੀ ਵੀ ਗਾਂ ਦੇ ਦੇ ਆ। ਉਹ ਬਾਈ ਰੁਕੀ, ਕਿਸੇ ਲਵੇ ਤੂੜੀ ਨਹੀਂ ਹੈਗੀ ਯਾਰ, ਵਕਿਆਊ ਬਾਈ ਪੂੰਗ ਵਾਲਿਓ। ਹਾਂ ਬਾਈ। ਉਹ ਬਾਈ ਤੂੜੀ ਤਾਂ ਮੇਰੇ ਕੋਲ ਹੈਗੀ ਹੈ। ਉਹ ਕਿੰਨੀ ਕੁ ਹੈ ਬਾਈ? ਬਾਈ 100 ਕਮਣ ਤੂੜੀ ਹੈ, ਅਤੇ ਉਹ ਤਾਂ ਕਿਸੇ ਨੇ ਯਾਰ ਪੱਕੀ ਕਰ ਲਈ ਤੀ। ਸਾਈ ਕਰ ਲਈ ਬਾਈ? ਨਾ ਸਾਈ ਤਾਂ ਨਹੀਂ ਬੰਦਾ ਦੇ ਕੇ ਗਿਆ ਯਾਰ, ਊਈ ਜਵਾਨ ਆਈਆਂ ਦੇ ਸੌਦੇ ਹੋਏ ਤੇ ਸਾਡੇ। ਉਹ ਬਾਈ ਉਹਦਾ ਕੀ ਕੀਤਾ ਉਹ ਕੀ ਨਾ, ਤੂੰ ਮੈਨੂੰ ਵੇਚ ਦੇ ਮੇਰਾ ਨਾਲੇ ਭੂੰਗ ਭਰ ਜੂਗਾ। ਉਹ ਨਾ ਯਾਰ, ਐਂ ਤਾਂ ਔਖਾ ਜਿਹਾ ਹੋ ਜਾਂਦਾ ਮੁੱਕਰਨਾ। ਉਹ ਬਾਈ ਉਹ ਕਿਹੜਾ ਤੈਨੂੰ ਨਾਲੇ ਸਾਈ ਦੇ ਕੇ ਗਿਆ, ਆਹ ਚੱਕ ਪੈਸੇ 3000 ਰੁਪਈਆ।
ਉਹ ਨਾ ਬਾਈ ਨਾ ਆ ਤਾਂ ਔਖਾ ਹੋ ਜਾਂਦਾ ਉਹ ਚੱਲ 4000 ਫੜ ਲੈ ਜਦੋਂ ਅਸੀਂ ਤੂੜੀ ਲੈ ਕੇ ਚੱਕ ਕੇ ਬਾਕੀ ਫੇਰ ਦੇ ਜਾਾਂਗੇ ਤੈਨੂੰ ਆ ਚੱਕ ਉਹ ਨਾ ਨਾ ਬਾਈ ਆ ਤਾਂ ਔਖਾ ਉਹ ਫੜ ਲੈ ਬਾਈ ਯਾਰ ਨਾਲੇ ਮੇਰਾ ਗੇੜਾ ਭਰ ਜੂਗਾ ਲੈ ਫੜ ਲੈ 4000 ਹੈ ਉਹ ਚੱਲ ਬਾਈ ਯਾਰ ਜੇ ਬਹੁਤਾ ਧੱਕਾ ਕਰਦਾ ਚੱਲ ਮੈਂ ਮੰਨ ਲਾਂ ਨਾ ਉਹ ਤੋਂ ਬੇਜਵਾਨਾ ਹੋ ਜੂ ਹੋਰ ਕੀ ਹੈ ਉਹ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਜਾਉਂਦਾ ਰਹਿ ਯਾਰ ਮੇਰਾ ਗੇੜਾ ਭਰ ਜੂ ਉਹ ਬਾਈ ਤੇਰਾ ਵੀ ਬਹੁਤ ਬਹੁਤ ਧੰਨਵਾਦ ਮੇਰਾ ਗੇਜਾ ਭਰ ਜੂ ਉਹ ਬਾਈ ਐ ਤਾਂ ਦੱਸ ਦੇ ਤੂੜੀ ਕਿਹੜੀ ਸਾਈਡ ਹੈ ਆਪਣੀ ਉਹ ਬਾਈ ਰੋਡ ਵਾਲੀ ਜਿਹੜੀ ਸੜਕ ਹੈ ਉਹਦੇ ਉੱਤੇ ਆਪਣਾ ਖੇਤ ਅੱਛਾ ਅੱਛਾ ਬਾਈ ਉਹ ਸੜਕ ਦੇ ਨਾਲ ਲੱਗਦੀ ਹੈ ਨਾ ਨਾ ਨਾਲ ਲੱਗਦਾ ਨਹੀਂ ਉਹ ਤੋਂ ਥੋੜਾ ਜਿਹਾ ਹਟ ਮੈਂ ਆਪਣਾ ਬਾਕੀ ਬਾਈ ਤੂੰ ਫਿਕਰ ਕਾਹਨੂੰ ਕਰਦਾ ਯਾਰ ਤੂੰ ਮੈਨੂੰ ਫੋਨ ਕਰਦੀ ਮੈਂ ਨੇੜੇ ਖੜ ਕੇ ਚੁਕਾ ਦੂੰਗਾ ਤੂੜੀ ਤਾਂ ਹਾਂ ਬਾਈ ਇਹ ਗੱਲ ਤੇਰੀ ਠੀਕ ਹੈ ਨਾਲੇ ਮੈਨੂੰ ਨੰਬਰ ਦੇ ਦੇ ਤੇਰਾ ਅੱਗੇ ਬਾਈ 15090 ਠੀਕ ਹੈ ਬਾਈ ਜਿੰਨਾ ਮਰਜ਼ੀ ਲਾਈ ਬਾਈ ਇਹ ਨਾ ਲੱਗੇ ਨਾ ਤੈਨੂੰ ਮੁੜ ਕੇ ਬੰਦਾ ਲੱਭੇ ਉਹ ਬਾਈ ਕਿਵੇਂ ਖੁਸ਼ ਜਾ ਹੋ ਰਹੇ ਹੈ ਉਹ ਖੁਸ਼ ਤਾਂ ਹੋਣੀ ਹੈ ਬਾਈ ਲੱਛਮੀ ਦੇ ਦਰਸ਼ਨ ਹੋ ਗਏ ਉਹ ਤਾਂ ਹੈ ਬਾਈ ਉਹ ਬਾਈ ਨਾਲੇ ਤੂੰ ਬਾਲਾ ਟਾਈਮ ਨਾ ਪਾਈ ਲੈ ਜੀ ਚੰਗਾ ਚੱਕ ਕੇ ਛੇਤੀ ਆਉਂਦਾ ਇੱਕ ਦੋ ਦਿਨਾਂ 'ਚ ਉਹ ਕੋਈ ਨਾ ਬਾਈ ਮੈਂ ਪਰਸ ਨੂੰ ਲੈ ਜੂੰਗਾ ਚੱਕ ਕੇ ਹਾਂ ਹਾਂ ਛੇਤੀ ਕਰ ਦੇ ਚੱਲ ਚੰਗਾ ਬਾਈ ਠੀਕ ਹੈ ਬਾਈ ਚੰਗਾ ਉਹ ਲੈ ਵੀ ਜੰਗਾੜੀਆ ਚੰਗਾ ਲੱਗਦਾ ਜਿੱਤਾ ਜੰਗਾੜੀ ਅੱਜ ਤਾਂ ਥਾਣੇਦਾਰ ਨਹੀਂ ਪੂਰੀ ਖੁਸ਼ ਹੋ ਜੂ ਸਮਾਨ ਇਕੱਠੀ ਚੱਕ ਲਿਆ ਮੈਂ ਤਾਂ ਚੁੱਲ੍ਹੇ ਦਾ ਨੱਚੂ ਲਾਣੇਦਾਰ ਨਹੀਂ ਤਾਂ ਵਾਹ ਵੇ ਜੁਗਾੜੀਆ ਮੈਨੂੰ ਪਹਿਲਾਂ ਹੀ ਪਤਾ ਸੀ ਇਹ ਖਾਲੀ ਨਹੀਂ ਮੁੜਦਾ ਕੋਈ ਨਾ ਕੋਈ ਜੁਗਾੜ ਤਾਂ ਲਗਾ ਕੇ ਸਮਾਨ ਲੈ ਹੀ ਆਊ ਨਹੀਂ ਮੰਨਦੀਆਂ ਫਿਰ ਤੈਨੂੰ ਕਿਹਾ ਸੀ ਮੈਂ ਸਭ ਦਾ ਲੈ ਕੇ ਮੁੜੂ ਵੇ ਕੀ ਲਿਆਇਆ ਉਹ ਸਾਰਾ ਕੁਛ ਲਿਆਇਆ ਜਿਹੜੇ ਤੈਨੂੰ ਚੁੱਲ੍ਹੇ ਤੇ ਲੋੜ ਹੈ ਚੱਲ ਸ਼ੁਕਰ ਆ ਕੁਛ ਲੈ ਕੇ ਤਾਂ ਆਇਆ ਮੈਂ ਤਾਂ ਆਸ ਹੀ ਨਹੀਂ ਸੀ ਪਹਿਲਾਂ ਤੇਰੇ ਤੇ ਉਹ ਤੂੰ ਮੈਨੂੰ ਇੰਨਾ ਮਾੜਾ ਸਮਝਦੀ ਹੈ ਕਹਿੰਦੀ ਲਾਸ ਨਹੀਂ ਤੀ ਜੇ ਬਾਲੀ ਔਖੇ ਮੈਂ ਚੱਕ ਕੇ ਸੌਦਾ ਦੁਬਾਰੇ ਮੋੜਿਆਉਣਾ ਐ ਕਿਵੇਂ ਮੋੜੇਗਾ ਵੇ ਚੱਲ ਆਹ ਗੱਲ ਛੱਡ ਇਹ ਦੱਸ ਉਧਾਰ ਲੈ ਕੇ ਆਇਆ ਜੇ ਪੈਸੇ ਪੂਸੇ ਦੇ ਕੇ ਆਇਆ ਉਹ ਪੈਸਿਆਂ ਦੀ ਲਿਆਇਆ ਇੱਕ ਭੂੰਗ ਵਾਲੇ ਨੂੰ ਦੇਤਾ ਤੇਲ ਉਹਨੂੰ ਕਿਹਾ ਮੇਰੇ ਕੋਲ 100 ਮਣ ਨਹੀਂ ਰਹਿ 4000 ਰੁਪਇਆ ਸਾਈ ਦੇ ਗਿਆ ਮੈਨੂੰ ਵੇ ਤੂੰ ਬਾਜ ਆ ਜਾ ਕਰ ਇਹ ਗੱਲਾਂ ਤਾਂ ਕੋਈ ਨਾ ਕਿਤੇ ਸੁੱਤਾ ਫਸ ਜੀ ਨਹੀਂ ਮੈਂ ਬਹੁਤ ਤੇਜ਼ ਹਾਂ ਐ ਫਸਣ ਵਾਲਾ ਨਹੀਂ ਹੈਗਾ ਕੌਂ ਦੀ ਜਾਤ ਚੋਂ ਹਾਂ ਮੈਂ ਸੜਕ ਤੋਂ ਹਟ ਮਾ ਜਾ ਕੁੱਪ ਕਹਿੰਦਾ ਸੀ ਮੈਨੂੰ ਤਾਂ ਲੱਗਦਾ ਆਹੀ ਹੈ ਹੋਰ ਤਾਂ ਕੋਈ ਚਮਕਿਆ ਨਹੀਂ ਹੈਗਾ ਮੈਨੂੰ ਕੁੱਪ ਤਾਂ ਮੈਨੂੰ ਆਹੀ ਲੱਗਦਾ ਨੀਰਾ ਤਾਂ ਮੈਨੂੰ ਵਧੀਆ ਲੱਗਦਾ ਹੈ ਫੋਨ ਕਰਕੇ ਦੇਖਦਾ ਫੋਨ ਪਤੰਦਰ ਦਾ ਲੱਗੇ ਨਹੀਂ ਰਿਹਾ ਗੋਭੀ ਤਾਂ ਵਧੀਆ ਹੋਊਗੀ ਮੇਥਾ ਵੀ ਵਧੀਆ ਹੋ ਰਿਹਾ ਹੈ ਆਹ ਕੁੱਪ ਦੇ ਆਲੇ ਦੁਆਲੇ ਕੌਣ ਗੇੜੇ ਜੇ ਲੱਗ ਰਹੇ ਦੇਣ ਕੋਈ ਬੀੜੀ ਬੱਤੀ ਵਾਲਾ ਵੀ ਨਾ ਹੋਵੇ ਪਤੰਦਰ ਕਿਤੇ ਅੱਗੇ ਲਾ ਦੇ ਉਹ ਬਾਈ ਕਿਹੜਾ ਏ ਉਹ ਹਾਂ ਬਾਈ ਕੌਣ ਹੈ ਤੂੰ ਉਹ ਬਾਈ ਮੈਂ ਤਾਂ ਨੀਰਾ ਦੇਖਦਾ ਸੀ ਨੀਰਾ ਦੇਖਦਾ ਸੀ ਕੀ ਮਤਲਬ ਉਹ ਬਾਈ ਆਹ ਕੁੱਪ ਮੈਂ ਖਰੀਦੇ ਹੈ ਉਹ ਕੀ ਤੋਂ ਖਰੀਦੇ ਤੇ ਕੁੱਪ ਮੈਂ ਤਾਂ ਵੇਚਿਆ ਨਹੀਂ ਉਹ ਬਾਈ ਉਹ ਪਤਾ ਨਹੀਂ ਬਾਈ ਕੌਣ ਸੀ ਉਹ ਤਾਂ ਖਰੀਦਿਆ ਮੈਂ ਤਾਂ ਉਹ ਬਾਈ ਪਤਾ ਨਹੀਂ ਉਹ ਕੌਣ ਸੀ ਪਤਾ ਨਹੀਂ ਤੇਰਾ ਭਾਈ ਸੀ ਪਤਾ ਨਹੀਂ ਕੋਈ ਤੇਰਾ ਮੁੰਡਾ ਸੀ ਉਹਨੂੰ ਦੇ ਆਇਆ ਮੈਂ ਤਾਂ 4000 ਰੁਪਇਆ ਸਾਈ ਦਾ ਉਹ ਕਿਹਨੂੰ ਦੇ ਦਿੱਤੀ ਤੇ 4000 ਸਾਈ ਉਹ ਬਾਈ ਛੋਟੇ ਜਿਹੇ ਕੱਦ ਵਾਲਾ ਸੀ ਕਣਕ ਬੰਨੇ ਜਿਹੇ ਰੰਗ ਵਾਲਾ ਸੀ ਉਹ ਸਾਡੇ ਕੋਈ ਨਹੀਂ ਹੈਗਾ ਇਹੋ ਜਿਹਾ ਉਹ ਕਿਸੇ ਹੋਰ ਨੂੰ ਦੇਤੇ ਹੋਣੇ ਤੇ ਪੈਸੇ ਉਹ ਨਾ ਬਾਈ ਆਹ ਨੰਬਰ ਤੇ ਫੋਨ ਲਾਇਆ ਸੀ ਬਾਈ ਮੈਂ ਲੱਗਦਾ ਨਹੀਂ ਹੈਗਾ ਦੁਬਾਰੇ ਦੇਖ ਲਾ ਕੇ
ओ भाई लगती नहीं है फोन नहीं लगता। ओ तू होर पासे देख के कुप, ये तो मेरा कुप है। ओ भाई वह बंदे ने आह निशानी दसी थी भी सड़क तो पिछे जी है, आही कुप लगता थी मैनू, मैं तो आया बई उरे। वो बंदे का ना की है, ना तो दस दे। ओ भाई नाम तो मैं पूछा नहीं है गया। ओ फिर तेन कोई उ ला गया ठगी। ओ भाई बड़ा माड़ा टाइम है, मेरे तो ला गया 4,000 रुपये की कोई कुंडी। रोज रोज थोड़ी कोई मुर्गा फसदा हुंदा है। वे मैनू पता है तू कोई ना कोई हिला करके पैसे ले ही आएगा। वो अज मैनू कुछ नहीं औड़दा, तेनू पता मैं रात दा ढिल्ला हो रहा यार, बुखार हो रहा। ਉਹੀ ਸਰੀਰ ਟੁੱਟਿਆ ਪਿਆ ਅੱਜ ਤਾਂ ਮੇਰਾ ਤਾਂ ਜਮੀ ਗਲਾ ਜਾ ਰੋਕਿਆ ਪਿਆ, ਅੱਜ ਦੱਸ ਕੀ ਆਉੜੂਗਾ ਮੈਨੂੰ। ਵੇ ਹਾੜੇ ਹਾੜੇ ਲਿਆ ਦੇ ਇੱਕ ਸੂਟ। ਉਹ ਜੇ ਹਾੜੇ ਜੇ ਕੱਢਦੀ ਹੈ ਫਿਰ ਦੇਖਾਂ, ਜੇ ਕੋਈ ਚੜਿਆ ਡਿੱਕੇ ਐ ਕਰ ਫਿਰ। ਚਮਚਾ ਨਹੀਂ ਪਿਆ ਯਾਰ ਭੋਰਾ, ਜੇ ਮੈਨੂੰ ਦੇ ਦੇ ਭੋਰਾ ਜੇ। ਵੇ ਤੈਨੂੰ ਕੰਮ ਦੀ ਬਾਅਦ 'ਚ ਪਹਿਲਾਂ ਕਾੜਦੀ ਹੋ ਜਾਂਦੀ ਆ। ਉਹ ਮੈਂ ਕਿਹੜਾ ਯਾਰ ਰੋਜ਼ ਖਾਂਦਾ, ਕਦੇ ਕਦੇ ਜਿੱਦੇ ਸਰੀਰ ਜ਼ਿਆਦਾ ਟੁੱਟਿਆ ਜਿਹਾ ਪਿਆ ਹੁੰਦਾ, ਥੱਕਿਆ ਹੁੰਦਾ, ਮੈਂ ਉਦੇ ਮੰਗ ਲਾਂ ਮੇਰੇ ਤੋਂ ਭੋਰਾ। ਨਾਲੇ ਜੇ ਕਿਸੇ ਨੂੰ ਮੈਂ ਗੱਲ ਕੁਛ ਕਹਿ ਕੇ ਸੁਣਾਉਂਗਾ ਫੇਰ, ਅੱਜ ਤਾਂ ਕੁਛ ਔੜਨੀ ਨਹੀਂ, ਸਰੀਰ ਤਾਂ ਜਮੀ ਖਿੰਡਿਆ ਪਿਆ ਯਾਰ ਸਾਰੀ। ਚੱਲ ਚੰਗਾ ਦੇਖਦੀ ਆ ਜੇ ਪਈ ਹੋਈ ਥੋੜੀ ਜਾਂ ਦੇਖ ਲੈ ਪੂਰਾ ਜੇ ਪਈ ਹੋਈ। ਇੰਚ ਵੀ ਨਹੀਂ ਹੈਗੀ ਰੱਖਤੀ, ਲੈ ਆ ਪਈਆ ਆਪੀ ਚਮਚਾ ਕੇ ਚੱਲ ਸਰ ਜੂਏ ਦਾ ਅੱਜ ਦਾ ਬਿਆ ਲੈ ਖਾ ਲਾ। ਅੰਮਾ ਸਾਹਿਬ ਲੱਭੀ ਆ ਚਮਚਾ ਕਾ ਪਈ ਸੀ। ਉਹ ਚੱਲ ਇਹ ਤਾਂ ਮੈਂ ਖਾ ਲੂੰਗਾ, ਹੁਣ ਦੇਖੀ ਕੋਇਲ ਵਾਂਗੂ ਬਾਜ ਨਿਕਲਦੀ ਮੇਰੀ ਥੋੜ੍ਹੇ ਚਿਰ ਨੂੰ। ਮੈਂ ਬਸ ਰਹਿਣ ਦੇ, ਕਿਤੇ ਥੋੜ੍ਹੀ ਥੋੜ੍ਹੀ ਖਾਂਦਾ ਆਦੀ ਨਾ ਬਣ ਜੀ। ਉਹ ਕਾਹਨੂੰ ਬਣਦਾ ਆਦੀ, ਆਹ ਦੇਖੀ ਹੁਣ ਦੀ ਖਾਧੀ ਹੋਈ ਆਥਣ ਤੱਕ ਕੰਮ ਕਰੂਗੀ, ਚੀਜ਼ ਵਧੀਆ ਇਹ। ਚੱਲ ਚੰਗਾ ਚਾਹ ਬਣਾ ਕੇ ਲਿਆਉਂਦੀ ਹਾਂ ਮੈਂ। ਨਹੀਂ ਹਾਂ ਬਣਾ ਲਿਆ ਘੁੱਟ, ਵਧੀਆ ਜੀ ਬਣਾ ਲਈ। ਚੰਗਾ ਨਹੀਂ ਗੱਲ ਸੁਣ। ਹਾਂਜੀ। ਉਹ ਮੈਂ ਦੇਖਦਾ ਜੇ ਕੋਈ ਚੜਿਆ ਮੇਰੇ ਅੜਿੱਕੇ ਜਾ ਕੇ ਆਉਣਾ ਪਿੰਡ 'ਚੋਂ ਮੈਂ। ਨਾ ਵੇ ਹੁਣ ਕੀ ਬਹਾਨਾ ਬਣਾਵੇਂਗਾ। ਉਹ ਪਹਿਲਾਂ ਕੀ ਪਤਾ, ਉਹ ਤਾਂ ਕੋਈ ਮੈਂ ਜਾਂਦਾ ਜਾਂਦੀ ਘੜ ਲੂੰਗਾ ਘੜ ਤੋਂ। ਨਾਲੇ ਚੰਗਾ ਤੂੰ ਮੇਰਾ ਇੱਥੇ ਨਾ ਮਸਾਲਾ ਫੂਕ ਦੀ, ਮੈਂ ਚੱਲਦਾ। ਚੰਗਾ ਵੇ ਚੰਗਾ ਪੈਸੇ ਲੈ ਕੇ ਆਈ, ਖਾਲੀ ਨਾ ਮੁੜੀ। ਉਹ ਚੰਗਾ ਚੰਗਾ ਜੇ ਕੋਈ ਧੱਕੇ ਚੜਿਆ ਲੈ ਕੇ ਆਊਂਗਾ, ਹੁਣ ਖਾਲੀ ਕਦੇ ਮੁੜਿਆ ਪਹਿਲਾਂ ਮੈਂ। ਚੱਲ ਚੰਗਾ ਵੇ, ਇੰਨਾ ਕੁ ਤਾਂ ਮੈਨੂੰ ਪਤਾ ਤੂੰ ਖਾਲੀ ਨਹੀਂ ਮੁੜਦਾ, ਕੋਈ ਨਾ ਕੋਈ ਹਿੱਲਾ ਤਾਂ ਕਰਕੇ ਲਿਆਵੇਂਗਾ। ਚਾਚਾ ਉਹ ਚਾਚਾ ਉਹ ਆ ਜਾ ਲੰਘਿਆ ਕਿਹੜਾ ਹੈ। ਉਹ ਆ ਬਾਈ ਕਿਵੇਂ ਆਣੇ ਹੋਏ। ਉਹ ਚਾਚਾ ਮਾਰਿਆ ਗੇੜਾ, ਹੋਰ ਸੁਣਾ ਵੀ ਠੀਕ ਰਹਿੰਦੀ ਆ, ਸਿਹਤ ਠੀਕ ਹੈ ਤੇਰੀ। ਉਹ ਹਾਂ ਠੀਕ ਹੈ ਹੁਣ ਤਾਂ, ਪਹਿਲਾਂ ਤਾਂ ਹੋ ਗਿਆ ਸੀ ਢਿੱਲਾ ਜਾ। ਚਾਚਾ ਉਹ ਕਿਵੇਂ। ਉਹ ਕੁਛ ਨਹੀਂ, ਪੱਥਰੀਆਂ ਹੋ ਗਈਆਂ ਤੀਆਂ ਮੇਰੇ, ਹੁਣ ਤਾਂ ਠੀਕ ਆ। ਹੁਣ ਤਾਂ ਠੀਕ ਹੈ। ਹਾਂ ਤੂੰ ਦੱਸ ਕਿਵੇਂ ਆਇਆ। ਉਹ ਮੈਂ ਤਾਂ ਚਾਚਾ ਇੱਕ ਕੰਮ ਆਇਆ ਜੀ। ਹਾਂ ਦੱਸ। ਚਾਚਾ ਸਾਡੀ ਕੁੜੀ ਦੀ ਮਰ ਗਈ ਸੱਸ, ਜਵਾਕ ਕਹਿੰਦੇ ਨਾ ਤਾਂ ਟੂਮ ਟਾਕੀ ਬਣਵਾਉਣੀ ਹੈ, ਨਾਲੇ ਚਾਚਾ ਘਰ ਦਾ ਸੌਦਾ ਜਿਹਾ ਮੁੱਕਿਆ ਪਿਆ, ਉਹ ਥੋੜ੍ਹੇ ਜਿਹੇ ਪੈਸਿਆਂ ਦੀ ਲੋੜ ਤੀ ਚਾਚਾ। ਉਹ ਚਾਚਾ ਜਵਾਕ ਦਾ ਘਰੇ ਕਹਿੰਦੇ ਤੇ ਮੈਨੂੰ ਵੀ ਚਾਚੇ ਨੂੰ ਕਾਹਨੂੰ ਤਕਲੀਫ ਦੇਣੀ ਹੈ, ਜੇ ਆਪਾਂ 2-4 ਦਿਨ ਕੁਛ ਨਹੀਂ ਖਾਵਾਂਗੇ ਫਿਰ ਕਿਹੜਾ ਆਪਣੀ ਜਾਨ ਨਿਕਲਦੀ ਹੈ। ਮੈਂ ਕਿਹਾ ਚਾਚਾ ਵੀ ਹੁਣ ਚਾਚੇ ਹੋਰ ਵੀ ਜੇ ਹੁਣ ਔਖੇ ਸੌਖੇ ਵੇਲੇ ਆਪਣੇ ਕੰਮ ਨਹੀਂ ਆਉਣਗੇ ਫਿਰ ਕੀ ਰਗੜ ਕੇ ਫੋੜੇ ਤੇ ਲਾਉਣੇ ਨੇ। ਉਹ ਗੱਲ ਤਾਂ ਭਾਈ ਤੇਰੀ ਠੀਕ ਹੈ, ਪਰ ਚਾਚਾ ਅੱਗੇ ਹੁਣ ਵੋਟਾਂ ਵੀ ਆ ਗਈਆਂ, ਮੈਂ ਕਿਹੜਾ ਫਿਰ ਤੁਹਾਡੇ ਤੋਂ ਕਦੇ ਭੱਜਿਆ। ਅੱਛਾ ਕਿੰਨੇ ਕੁ ਦੇਵਾਂ ਭਾਈ। 25,000 ਦੇ ਦੇ ਚਾਚਾ, ਬਾਕੀ ਮੈਂ ਕਿਤੋਂ ਹੋਰ ਹੀਲਾ ਕਰ ਲੂੰਗਾ। ਚੱਲ ਠੀਕ ਹੈ, ਆਪਦੇ ਬੰਦੇ ਤੋਂ ਫਿਰ ਭੱਜਿਆ ਵੀ ਨਹੀਂ ਜਾਂਦਾ ਨਾ। ਉਹ ਲੈ ਭਾਈ ਗਿਣ ਲੈ। ਉਹ ਚਾਚਾ ਗਿਣਨ ਨੂੰ ਕੀ ਹੈ, ਤੈਂ ਕਿਹੜਾ ਕੋਈ ਵੱਧ ਦੇ ਦੇਣੇ ਨੇ।
ਬਾਕੀ ਚਾਚਾ ਜਿਉਂਦਾ ਰਹਿ, ਰੱਬ ਤੈਨੂੰ ਭਾਗ ਲਾਵੇ, ਔਖੇ ਵੇਲੇ ਕੰਮ ਆਇਆ ਤੂੰ। ਉਹ ਤਾਂ ਠੀਕ ਹੈ, ਪਰ ਮੁੜੇ ਆ ਕਦੋਂ? ਚਾਚਾ ਇਹ ਹਫ਼ਤੇ ਕੁ ਨੂੰ ਆਉਣਗੇ ਮੇਰੇ ਕੋਲ ਪੈਸੇ, ਉਦੇ ਦੇ ਦੂੰਗਾ ਤੈਨੂੰ ਪੈਸੇ। ਠੀਕ ਹੈ। ਉਹ ਭਾਈ ਤੂੰ ਪਹਿਲੀ ਵਾਰ ਮੰਗੇ ਤੀ, ਤੈਨੂੰ ਜਵਾਬ ਦੇਣਾ ਔਖਾ ਜਿਹਾ ਹੋ ਗਿਆ। ਉਹ ਚਾਚਾ ਮੈਂ ਵੀ ਬਿਹਾਰ ਦਾ ਪੂਰਾ ਪੱਕਾ ਬੰਦਾ, ਸੋਚ ਨਾ ਕਰੀ ਚੰਗਾ, ਤੈਨੂੰ ਘਰੇ ਆ ਕੇ ਦੇ ਜੂੰ ਪੈਸੇ ਮੈਂ। ਉਹ ਠੀਕ ਹੈ। ਜੀ ਹੋ ਗਿਆ ਪੈਸੇ ਦਾ ਹਿੱਲਾ। ਉਹ ਮੈਂ ਜਾਵਾਂ ਤੇ ਹਿੱਲਾ ਨਾ ਹੋਵੇ। ਆ ਚੱਕ ਪੂਰੇ 25,000 ਲਿਆ। 25,000? ਆ ਕਿਹਨੂੰ ਹੁਣ ਨਵੀਂ ਚੁੰਗੀ ਲਾਤੀ? ਉਹ ਚਾਚਾ ਨੀ ਕਿਹੜਾ? ਉਹ ਬਾਰ ਹਵੇਲੀ ਵਾਲਾ, ਉਹਨਾਂ ਦੇ ਪਾ ਗਿਆ ਮੈਂ। ਅੱਛਾ। ਉਹਨੂੰ ਚਾਚੇ ਨੂੰ ਕਿਹਾ, ਮਾਂ ਸਾਡੀ ਕੁੜੀ ਦੀ ਸੱਸ ਮਰ ਗਈ, ਮਾਂ ਕੋਈ ਤਾਂ ਟੂਮ ਟਾਕੀ ਵੀ ਬਣਾਉਣੀ ਪਊ, ਨਾਲੇ ਮਾਂ ਘਰ ਦਾ ਸੌਦਾ ਜਿਹਾ ਮੁੱਕਿਆ ਪਿਆ। ਨਾ ਕਿਹੜੀ ਕੁੜੀ, ਕਿਹੜੀ ਸੱਸ ਮਾਰਤੀ ਤੈਨੇ ਕੁੜੀ ਦੀ? ਉਹ ਬਸ ਲੱਗ ਗਿਆ ਤੁੱਕਾ, ਹੋਰ ਕੀ। ਉਹ ਕਿੱਥੇ ਪਈ? ਇੱਕ ਤਾਂ ਕੋਈ ਚੀਜ਼ ਤੂੰ ਨੀ ਸੁੱਟ ਜਾਣੀ ਧਰਦੀ। ਉਹ ਦੇਖ ਲਓ ਨਾ ਪਿੱਛੇ ਨਾ ਪਈ ਹੋਵੇ ਢੋਲੀ ਕੋਲੇ। ਉਹ ਕਰੀਏ ਭਾਈ ਆਵਾਜ਼ ਦੇਖੀ ਕਿਹਨੇ ਮਾਰੀ ਉਧਰ? ਚੱਲ ਚੰਗਾ ਦੇਖ ਕੇ ਆਉਂਦੀ। ਓ ਨੋ, ਫਟਾਫਟ ਮਰ ਜਾ, ਜਦੋਂ ਤਾਜਾ ਨੇੜੇ ਆ ਫਿਰ ਮਰੇਗੀ। ਸਿੰਧੋ ਸਿੰਧੋ, ਮੈਨੂੰ ਲੱਗਦਾ ਸੱਚੀ ਮਰ ਗਈ। ਉਹ ਤੁਹਾਡੀ ਭੈਣ ਦੀ ਸੱਚੀ ਮਾਰਤੀ ਕੀ ਬਣੂ? ਸਾਡਾ ਹੋਰੇ ਪੰਗਾ ਪੈ ਗਿਆ, ਮੈਂ ਤਾਂ ਸੋਚਿਆ ਤੀ ਕੁੱਟ ਕੱਟ ਕੇ ਲੁੱਟਾ, ਜਦੋਂ ਮਰੇ ਗਈ ਹੁਣ ਪੁਲਿਸ ਕਿਹੜੀ ਸੀ ਫਿਰ? ਤਾਇਆ ਤੂੰ ਕਿੱਧਰ ਭੱਜ ਲੈ, ਤਾਇਆ ਵਿੱਚ ਗਵਾਲ ਬੈਠਾ ਜਾਂਦੇ। ਉਹ ਜਿੰਨੀ ਇਹਨੇ ਸਵੀਟ ਫੜੀ ਹੈ ਇਹ ਤਾਂ ਨਹੀਂ ਹੁਣ ਰੋਡ ਵਾਲੇ ਤੱਕ ਖੜਦਾ। ਪਤੰਦਰ ਭੱਜਦੀ ਬਹੁਤ ਹੈ, ਲੰਘ ਲੈ ਤੂੰ ਵੀ, ਵਧੀਆ ਰਹੇਗਾ।